लंबे समय तो सुर्खियों विच टीसी ते चल रहे सिद्धू मूसेवाला की नवी एल्बम मूस टेप इस वेले पूरी चर्चा का विषय बनी हुई है, जिस विच उन्हां दा गाना 295 भी कई नवे विवाद लैके सामने आया। पर इस सब दे विच एक बाहरले मुल्क तो रेडियो होस्ट की एक अजिही वीडियो ने नवी बहस छेड़ दी है, जिथे होस्ट वालों सिद्धू की पूरी प्रॉपर्टी अद्धे घंटे विच खरीदण का दावा कर दिता गया है। आ मूसेवाले का मैं अज रेडियो ते कहना आ जिनी कि प्रॉपर्टी आ मैं अद्धे घंटे च बाय कर लूँ, कैश चुकूँगा, दसो आवे मेरे नाल 5% मार्केट नालों वध रेट दूँगा, जिनी जमीन यदा घर जायदाद जिन्ना कुछ है मैं रेडियो ते बैठा कहना घंटे विच बाय करूँगा, घंटे च क्लोजिंग कराऊँगा। मेरी असी भाई इन्हों तो कहते जैलस करनी है, साडू बहुत कुछ दिता परमात्मा ने, बड़ा कुछ दिता। आ जिन्ने गाउण वाले ने भी गल्लां करदे फिरदे ने कि कुछ लैके बैठे हो, चंडीगढ़ तुहाडे कोल कोठी है, दुछुट है की है, दो लै लोंगे कोठियां, घंटे च बाय कर लवांगे असीं बैठे। तो ये गल नहीं है, कभी भी जे कोई चंगी गल करता ना सभ्याचार नूं थोड़ा बैटर करो, लोगों नूं चंगी सिक्ख्या दो, चंगा गाओ। की उम्र है तुहाडी? 4 साल उम्र है, 4 सालों बाद तुहानूं कुत्ता नहीं पुछदा। जिवें कुत्ते दे कीड़े पै कदी किसे मंजे थले, कदी किसे मंजे थले, फिर तां तुसीं वड़दे फिरदे हो। ਸਾਡੇ ਵਰਗਿਆਂ ਨੂੰ ਕਾਲ ਕਰਕੇ ਜਾਂ ਮੇਲੇ ਵਾਲੇ ਨਾਲ ਗੱਲ ਹੀ ਕਰਾ। ਜਿਵੇਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਨਾਲ ਦੀ ਨਾਲ ਹੀ ਗੀਪੀ ਗਰੇਵਾਲ ਵੱਲੋਂ ਇਸ ਦਾ ਠੋਕਵਾਂ ਜਵਾਬ ਦੇ ਦਿੱਤਾ ਗਿਆ। ਮੈਂ ਅੱਜ ਹੀ ਦੇਖਦਾ ਸੀਗਾ, ਤੈਨੂੰ ਪਤਾ ਵੀਡੀਓ ਕਿ ਇੱਕ ਬੰਦੇ ਦੀ ਪਤਾ ਨਹੀਂ ਰੇਡੀਓ 'ਤੇ ਬੋਲ ਰਿਹਾ ਸੀ ਬਾਈ, ਕਹਿੰਦਾ ਮੈਂ ਮੂਸੇਵਾਲੇ ਦੀ ਪ੍ਰੋਪਰਟੀ ਖਰੀਦ ਲੂੰ ਅੱਧੇ ਘੰਟੇ ਦੇ ਵਿੱਚ। ਉਹ ਪੁੱਛੇ ਅੱਧੇ ਘੰਟੇ 'ਚ ਤਾਂ ਨੋਟਰੀ ਨਹੀਂ ਬਣਦੀ। ਠੀਕ ਹੈ ਭਰਾ, ਕਮਾਲ ਹੀ ਹੋ ਗਈ ਯਾਰ, ਪੈਸੇ ਦਾ ਇੰਨਾ ਘਮੰਡ ਤਾਂ ਜ਼ਿੰਦਗੀ 'ਚ ਕਦੇ ਨਹੀਂ ਦੇਖਿਆ ਯਾਰ। ਮੂਸੇਵਾਲੇ ਦਾ ਭਰਾ ਤੂੰ ਕੀ ਮੂਸੇਵਾਲੇ ਦੀ ਕੋਠੀ ਦੇ ਬਾਹਰ ਲੈਣ ਲੱਗਦੀ ਆ, ਹਲੇ ਬਣੀ ਵੀ ਨਹੀਂ ਗਈ ਫੋਟੋ ਖਿਚਾਉਣ ਦੇ ਲਈ, ਤੂੰ ਜਿਹਨੂੰ ਖਰੀਦਣ ਨੂੰ ਫਿਰਦਾ ਵਾਂ। ਪ੍ਰਾਈਸਲੈਸ ਚੀਜ਼ਾਂ ਵੀ ਹੁੰਦੀਆਂ ਦੁਨੀਆ 'ਚ। ਸੋ ਵਾਹਿਗੁਰੂ ਮਿਹਰ ਕਰੇ, ਸਾਰਿਆਂ ਨੂੰ ਅਕਲ ਬਖਸ਼ੇ। ਕਹਿੰਦਾ 4 ਸਾਲ ਹੁੰਦਾ ਵਕਤ ਕਲਾਕਾਰ ਦਾ। ਸੋ ਪਹਿਲਾਂ ਤਾਂ ਮੈਂ ਦੱਸਾਂ ਵੀ ਵੀਰੇ 20-21 ਸਾਲ ਤਾਂ ਮੈਨੂੰ ਇਹ ਹੋ ਗਿਆ, ਅਸੀਂ 3 'ਚ ਨਹੀਂ 13 'ਚ ਨਹੀਂ, ਸਾਨੂੰ ਕੋਈ ਨਹੀਂ, ਹਲੇ ਅਸੀਂ ਸੋਚਦੇ ਹਾਂ ਵੀ ਅਸੀਂ ਜ਼ਿੰਦਗੀ 'ਚ ਡੱਕਾ ਨਹੀਂ ਤੋੜਿਆ ਹੈਗਾ। ਲੋਕਾਂ ਨੇ ਮੈਂ ਜਦੋਂ ਦੇਖਦਾ ਹੁੰਦਾ ਸੀ ਉਦੋਂ 10 ਸਾਲ ਪਹਿਲਾਂ ਦੇ ਜੈਜੀ ਮੈਂ ਸੁਣੀ ਨੇ, ਅੱਜ ਵੀ ਗਾਹ ਪਾਉਂਦੇ ਨੇ ਬਾਈ ਬੱਬੂ ਮਾਨ ਹੁਣੀ ਪਹਿਲਾਂ ਦੇ ਨੇ, ਅਤੇ ਕਿੰਨੀ ਜਨਤਾ ਜਿਹੜੀ ਹਲੇ ਵੀ ਧੜਾ ਧੜ ਚੱਲ ਰਹੀ ਆ, ਅਤੇ ਉਦੋਂ ਵੀ ਚੱਲ ਰਹੀ ਸੀ, ਇਹਨਾਂ ਨੂੰ 30-30 ਸਾਲ ਹੋ ਚੱਲੇ, 4 ਸਾਲ ਹੁੰਦੇ ਨੇ। ਚਲੋ ਮਹਾਰਾਜ ਖਰੀਦ ਲਿਓ ਜਾ ਕੇ, ਜਿਹਦਾ ਕੋਈ ਖਰੀਦਣਾ ਹੋਇਆ। ਪਤਾ ਨਹੀਂ ਕੀ ਖਰੀਦਣਾ ਵਾ, ਐਸਾ ਪਤਾ ਨਹੀਂ। ਆਪ ਕਹਿੰਦੇ ਮੇਲਿਆਂ ਦੇ ਉੱਤੇ ਮੁੜ ਕੇ ਟੈਲੀਫੋਨ ਕਰਦੇ ਹੁੰਦੇ ਨੇ, ਅਸੀਂ ਤਾਂ ਨਹੀਂ ਵੀਰੇ ਅੱਜ ਤੱਕ ਕਦੇ ਕੀਤਾ ਹੈਗਾ, ਬਸੇਰਿਆਂ ਦੇ ਇੱਥੇ ਮੇਲੇ ਲਾ ਗਏ ਹਾਂ, ਪੈਸੇ ਲੈ ਕੇ ਗਏ ਹਾਂ, ਅਤੇ ਚੱਕਾ ਕੇ ਹੀ ਕੰਮ ਕੀਤਾ ਵਾ, ਕੱਚਾ ਪਹਿਲਾਂ ਕੰਮ ਕੋਈ ਨਹੀਂ ਕੀਤਾ ਹੈਗਾ। ਚਲੋ ਛੱਡੋ ਐਵੇਂ ਪਕਾਈ, ਉਹਦਾ ਗਾਣਾ ਸਿੱਧੂ ਦਾ ਬਹੁਤ ਵਧੀਆ 295, ਅਤੇ ਉਹਦੇ ਕਰਕੇ ਕਈਆਂ ਨੂੰ ਤਕਲੀਫ ਹੋਈ ਹੋਣੀ ਆ। ਵਾਹਿਗੁਰੂ, ਮੈਂ ਅੱਜ ਤੱਕ ਕਦੇ ਕਿਸੇ ਲਈ ਕਦੇ ਕੋਈ ਇੱਦਾਂ ਦੀ ਆਲਤੂ ਫਾਲਤੂ ਗੱਲ ਕਦੇ ਜ਼ਿੰਦਗੀ 'ਚ ਬੋਲੀ ਨਹੀਂ ਗੀ, ਪਰ ਮੈਂ ਉਹ ਦੇਖਿਆ ਅਤੇ ਔੜ ਲੱਗਿਆ, ਉਹਨੇ ਸਾਰੇ ਕਲਾਕਾਰਾਂ ਨੂੰ ਵਿੱਚ ਲਪੇਟਤਾ, ਚੀਜ਼ਾਂ ਕਹੀਆਂ ਉਹਨੇ ਆਪਦੀਆਂ ਦਿਲ ਦੀਆਂ ਕਹੀਆਂ, ਸਿੱਧੂ ਨੇ ਉਹਦੇ ਨਾਲ ਬਥੇਰੀਆਂ ਹੋਈਆਂ, ਜਿਹੜੀਆਂ ਉਹਨਾਂ ਹੋਈਆਂ ਉਹਨੇ ਉਹ ਟਿਕਾ ਕੇ ਉਹ ਬੋਲਿਆ। ਅਕਸਰ ਗਾਣਿਆਂ ਦੇ ਵਿੱਚ ਸਖ਼ਤ ਅਤੇ ਆਮ ਦੁਨੀਆਂ ਦੇ ਵਿੱਚ ਨਰਮ ਰੁੱਖ ਰੱਖਣ ਵਾਲੇ ਸਿੱਧੂ ਵੱਲੋਂ ਹੁਣ ਇਹ ਸਾਰੇ ਵਿਵਾਦ 'ਤੇ ਬਸ ਇਹਨਾਂ ਲਾਈਨਾਂ ਲਿਖ ਕੇ ਗੱਲ ਮੁਕਾ ਦਿੱਤੀ ਗਈ ਹੈ। ਫਿਲਹਾਲ ਇਸ ਟੇਪ ਦੇ ਹਾਲੇ ਬਾਕੀ ਗਾਣੇ ਵੀ ਆਉਣੇ ਬਾਕੀ ਨੇ, ਅਤੇ ਆਉਣ ਵਾਲੇ ਦਿਨਾਂ ਵਿੱਚ ਕੀ ਹੋਰ ਨਵਾਂ ਹੋਵੇਗਾ ਇਸ 'ਤੇ ਸਭ ਦੀ ਨਜ਼ਰ ਬਣੀ ਰਹੇਗੀ। ਬਿਊਰੋ ਰਿਪੋਰਟ, ਹਕੀਕਤ ਟੀਵੀ ਪੰਜਾਬੀ।